ਦੋਸਤੋ ਇਹ ਜਿਹੜਾ ਰੋਡ ਹੈ ਇਹ ਜਾਂਦਾ ਸੀ ਜੰਮੂ 1947 ਦੀ ਪਾਰਟੀਸ਼ਨ ਹੋਈ ਤੇ ਕੱਚਾ ਹੁੰਦਾ ਸੀ ਤੇ ਇਹ ਇਹਦੇ ਨਾਲ ਟ੍ਰੇਨ ਜਿਹੜੀ ਸਿਆਲਕੋਟ ਤੋਂ ਜੰਮੂ ਜਾਂਦੀ ਸੀ ਇਹ ਤੁਹਾਨੂੰ ਦਿਖਾਉਂਦੇ ਹਾਂ ਐ ਮੈਂ ਇੱਥੋਂ ਗੁਜ਼ਰ ਰਿਹਾ ਸਾਂ ਤੇ ਮੇਰੀ ਨਜ਼ਰ ਪਈ ਤੇ ਮੈਂ ਆਖਿਆ ਕਿ ਇਹਦੀ ਵੇਖੋ ਤੁਸੀਂ ਕਿੰਨੀ ਤਬਾਹ ਬਰਬਾਦ ਹੋ ਗਈ ਹੈ ਇਹ ਦੇਖੋ ਨਾ ਰੋਡ ਇਹ ਕੱਚਾ ਜਿਹੜਾ ਜੰਮੂ ਜਾਂਦਾ ਹੁੰਦਾ ਸੀ ਪੈਦਲ ਤੇ ਗੱਡਿਆਂ ਦੇ ਲੋਕੀ ਜਾਂਦੇ ਹੁੰਦੇ ਸਨ ਤੇ ਇਹ ਪਟਰੀ ਇਹ ਜੇ ਪਟਰੀ ਜਿਹੜੀ ਕਿ 1890 ਵਿੱਚ ਮਹਾਰਾਜਾ ਜਿਹੜਾ ਜੰਮੂ ਦਾ ਮਹਾਰਾਜਾ ਸੀ ਪ੍ਰਤਾਪ ਸਿੰਘ ਉਹਦੇ ਕਹਿਣ 'ਤੇ ਉਹਦੇ ਅੰਗਰੇਜ਼ਾਂ ਨੂੰ ਕਹਿ ਕੇ ਤਾਂ ਪਟਰੀ ਵਿਛਾਈ ਗਈ ਸੀ ਇਹ ਦੇਖੋ ਜੰਗਲ 'ਚ ਆ ਗਈ ਇਹ ਬਿਲਕੁਲ ਬਾਰਡਰ ਏਰੀਆ ਔਰ ਇਸ ਤੋਂ ਅੱਗੇ ਫਿਰ ਜਿਹੜਾ ਨਾ ਉਹ ਜੰਮੂ ਸ਼ੁਰੂ ਹੋ ਜਾਂਦਾ ਔਰ ਉੱਥੇ ਉਹਨਾਂ ਲਾ ਬਿੱਤਰ ਜਾਣਦਾ ਕਿ ਪਟਰੀ ਹੈ ਕਿ ਨਹੀਂ ਇੱਥੇ ਪਟਰੀ ਹੈਗੀ ਜੇ ਇਹ ਦੇਖੋ ਨਾ ਉਹਦੀ ਬਾਕੀਆਤ ਦੋਸਤੋ ਇਹ ਦੇਖੋ ਤੁਸੀਂ ਇਹ ਪਟਰੀ ਤਾਂ ਅੱਜ ਹੈਗੀ ਹੈ ਲੇਕਿਨ ਟ੍ਰੇਨ 75 ਸਾਲ ਹੋ ਗਏ ਨੇ ਇਹਦੇ 'ਤੇ ਨਹੀਂ ਚੱਲੀ ਜਿਹੜੀ ਇੰਡੀਆ ਯਾਨੀ ਕਿ ਜੰਮੂ ਜਾਂਦੀ ਸੀ ਠੀਕ ਹੈ ਇਹ ਬਿਲਕੁਲ ਜਿਹੜਾ ਨਾ ਹੁਣ ਇਹ ਇੱਕ ਖਤਮ ਹੁੰਦਾ ਟਰੈਕ ਜਿਹੜਾ ਕਿ ਇਸ ਸਾਈਡ 'ਤੇ ਸਿਆਲਕੋਟ ਰੇਲਵੇ ਸਟੇਸ਼ਨ ਠੀਕ ਹੈ ਜੀ ਅਤੇ ਇਹਦਾ ਟਰੈਕ ਇਹ ਦੂਸਰਾ ਟਰੈਕ ਗੈਬ ਹੋ ਗਿਆ ਇੱਥੇ ਇੱਕ ਲਾਈਨ ਇੱਕ ਪਟਰੀ ਹੈ ਦੂਸਰੀ ਪਟਰੀ ਦੇ ਵਿੱਚ ਸੀ ਇਹ ਜਿਹੜੀ ਇਸ ਤਰ੍ਹਾਂ ਜਾਂਦੀ ਸੀ ਅਤੇ ਇੱਥੇ ਨਾਲ ਅੱਗੇ ਸਿਆਲਕੋਟ ਕੈਂਟ ਸਟੇਸ਼ਨ ਅਤੇ ਫਿਰ ਨਾਲ ਬਾਰਡਰ ਇਹ ਦੇਖੋ ਤੁਸੀਂ ਇਹ ਜਨਾਬ ਤੁਹਾਨੂੰ ਦਿਖਾ ਰਿਹਾ ਖਸੂਸੀ ਮਨਾਜ਼ਰ ਸਿਆਲਕੋਟ ਤੋਂ ਜੰਮੂ ਜਿਹੜੀ ਰੇਲਵੇ ਲਾਈਨ ਸੀ 1890 'ਚ ਵਿਛਾਈ ਗਈ ਸੀ ਇਹ ਉਹਦੇ ਮੰਜ਼ਰ ਨੇ ਇਹ ਦੇਖੋ ਤੁਸੀਂ ਅੱਛਾ ਇਹ ਕੁਛ ਲਿਖਿਆ ਪੜ੍ਹਨੇ ਆ ਕੀ ਲਿਖਿਆ ਜੀ ਇਹਦੇ 'ਤੇ ਇਹ ਲਿਖਿਆ ਜੀ ਡੌਲਿਸ ਸਟੀਲ 1905 ਨੌਰਥ ਵੈਸਟ ਰੇਲਵੇ 75 LBS 4 ਇੰਚ NS ਕੌਂਟ ਈ 4003 ਹੁਣ ਇਹ ਜਿਹੜੇ ਨੇ ਨਾ ਥੋੜ੍ਹੇ ਜਿਹੇ ਜਿਹਨਾਂ ਨੂੰ ਰੇਲਵੇ ਦਾ ਪਤਾ ਉਹ ਤਾਂ ਸਮਝ ਸਕਦੇ ਨੇ ਕਿ ਇਹ ਕਿਹੜੀ ਗੇਜ ਹੈ ਜਾਂ ਕੀ ਲਿਖਿਆ ਠੀਕ ਹੈ ਜੀ ਬਾਕੀ ਰਹਿ ਗਈ ਗੱਲ ਇਹਦੀ ਇਹ ਦੇਖੋ ਹਾਲਤ ਇਹ ਥੱਲਿਓ ਹੁਣ ਜਿਹੜਾ ਨਾ ਇਹ ਸਾਰਾ ਕੁਝ ਇਹ ਹਿਲਦਾ ਪਿਆ ਇਹ ਦੇਖੋ ਤੁਸੀਂ ਇਹ ਪਟਰੀ ਜਿਹੜੀ ਨਾ ਥੱਲੇ ਮਿੱਟੀ ਜਿਹੜੀ ਨਾ ਖਤਮ ਹੋ ਚੁੱਕੀ ਹੈ ਬਲਕਿ ਇਹ ਦੇਖੋ ਖੁੱਡਾਂ ਬਣ ਗਈਆਂ ਨੇ ਵੇਖੋ ਜਨਾਬ ਇਹ ਤੁਹਾਨੂੰ ਹਮੇਸ਼ਾ ਮੈਂ ਉਹੋ ਜਿਹੜੀਆਂ ਨਾ ਚੀਜ਼ਾਂ ਕੱਢ ਕੱਢ ਕੇ ਬਹਾਲ ਨਾ ਜਿਹੜੀਆਂ 1947 ਯਾਨੀ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਦੀਆਂ ਨੇ ਕਿਉਂਕਿ ਉਸ ਤੋਂ ਬਾਅਦ ਫਿਰ ਜਿਹੜਾ ਨਾ ਇਹ ਟ੍ਰੇਨ ਸਰਵਿਸ ਰੁਕ ਗਈ ਸੀ ਕੋਸ਼ਿਸ਼ ਕੀਤੀ ਗਈ ਸੀ ਪਾਕਿਸਤਾਨ ਅਤੇ ਇੰਡੀਆ ਨੇ ਕਿ 1947 ਦੀ ਗੱਲ ਕਰ ਰਿਹਾ ਕਿ ਇਹ ਟ੍ਰੇਨ ਸਰਵਿਸ ਚੱਲਦੀ ਰਹੇ ਲੇਕਿਨ ਖੈਰ ਜਦੋਂ ਹਾਲਾਤ ਹੀ ਬੜੇ ਖਰਾਬ ਰਹੇ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਦੋਵਾਂ ਮੁਲਕਾਂ ਨੇ ਇਹ ਟ੍ਰੇਨ ਸਰਵਿਸ ਅੱਜ ਤੱਕ ਨਹੀਂ ਚਲਾਈ ਔਰ ਅੱਗੋਂ ਵੀ ਚੱਲਦੀ ਨਹੀਂ ਇਸ ਲਈ ਕਿ ਇਹ ਤਾਂ ਬਿਲਕੁਲ ਹੁਣ ਖਤਮ ਹੋ ਗਿਆ ਨਾ ਟਰੈਕ ਔਰ ਕੁਛ ਵਿਊਰਸ ਐਸੇ ਨੇ ਜਿਹੜੇ ਜੰਮੂ ਤੇ ਨੇ ਉਹ ਕਹਿੰਦੇ ਜੀ ਸਾਡੇ ਇਲਾਕੇ ਵੱਲ ਤਾਂ ਬਿਲਕੁਲ ਆ ਜਿਹੜੀ ਪਟਰੀ ਹੈ ਨਾ ਉਹ ਵੈਸੇ ਖਤਮ ਕਰ ਦਿੱਤੀ ਗਈ ਹੈ ਪਾਕਿਸਤਾਨ 'ਚ ਫਿਰ ਇਹਦੇ ਕੋਈ ਨਿਸ਼ਾਨ ਹੈ ਨੇ ਸਾਡੇ ਇਲਾਕੇ ਦੇ ਵਿੱਚ ਬਿਲਕੁਲ ਨਹੀਂ ਹੈਗੀ ਜੰਮੂ ਵਾਲੀ ਸਾਈਡ 'ਤੇ ਇਹ ਦੇਖੋ ਪੁਰਾਣੇ ਫੱਟੇ ਇਹ ਦੇਖੋ ਉਦੋਂ ਇਹੋ ਜਿਹੇ ਫੱਟੇ ਹੁੰਦੇ ਸਨ ਜਿਹੜੇ ਹੁਣ ਬਿਲਕੁਲ ਇਹਨਾਂ ਨੂੰ ਘੁਣ ਲੱਗੀ ਹੈ ਲੇਕਿਨ ਚਲੋ ਫਿਰ ਵੀ ਹੈ ਤਾਂ ਸਹੀ ਨਾ ਕਿ ਮੌਜੂਦ ਹੈਗੇ ਨੇ ਠੀਕ ਹੈ ਇਹ ਜਨਾਬ ਤੁਹਾਨੂੰ ਦਿਖਾ ਰਿਹਾ ਮਖਸੂਸੀ ਤੌਰ ਦੇ ਉੱਤੇ ਟਰੈਕ ਇਹ ਦੇਖੋ ਨਾ ਇੱਧਰ ਇਹਦਾ ਟ੍ਰੇਨ ਇਹਦੇ ਚੱਲਦੀ ਮੈਂ ਉੱਥੋਂ ਨਾ ਜਾ ਕੇ ਤੁਹਾਨੂੰ ਦਿਖਾ ਲੈਣਾ ਵਾ ਵੀਡੀਓ ਨਾਲ ਜੁੜੇ ਰਹਿਣਾ ਤੁਸੀਂ ਠੀਕ ਹੈ ਨਾ ਇਹ ਦੇਖੋ ਇਹ ਜਨਾਬ ਜੰਮੂ ਵਾਲੀ ਪੱਟੀ ਤੁਹਾਨੂੰ ਦਿਖਾਈ ਜਾ ਰਹੀ ਹੈ ਸਿਆਲਕੋਟ ਤੋਂ ਜੰਮੂ 5 ਸਟੇਸ਼ਨ ਰਸਤੇ 'ਚ ਆਉਂਦੇ ਹੁੰਦੇ ਸਨ ਠੀਕ ਹੈ ਨਾ ਰਣਬੀਰ ਸਿੰਘ ਸਿਆਲਕੋਟ ਕੈਂਟ ਸਚੀਦਗੜ੍ਹ ਰਣਬੀਰ ਸਿੰਘਪੁਰਾ ਮੀਰਾਂ ਸਾਹਿਬ ਠੀਕ ਹੈ ਨਾ ਇਹ ਟ੍ਰੇਨ ਆਉਂਦੀ ਸੀ ਵਜ਼ੀਰਾਬਾਦ ਤੋਂ 4 ਡੱਬੇ ਇਹਨੂੰ ਟੋਟਲ ਹੁੰਦੇ ਸਨ 2 ਵਜ਼ੀਰਾਬਾਦ ਤੋਂ ਸਿਆਲਕੋਟ ਆਉਂਦੇ ਸਨ ਅਤੇ ਸਿਆਲਕੋਟ 2 ਆਲਰੇਡੀ ਡੱਬੇ ਖੜ੍ਹੇ ਹੁੰਦੇ ਸਨ ਉਹ ਨਾਲ ਲੱਗ ਜਾਂਦੇ ਸਨ ਅਤੇ 4 ਡੱਬੇ ਬਣ ਜਾਂਦੇ ਸਨ ਕਾਲਾ ਇੰਜਨ ਸਟੀਮ ਇੰਜਨ ਭਾਪ ਵਾਲਾ ਇੰਜਨ ਉਹ ਇਹਨੂੰ ਖਿੱਚ ਕੇ ਖੜ੍ਹਦਾ ਹੁੰਦਾ ਸੀ ਅਤੇ ਇੱਕ ਵਾਰੀ ਜਾਂਦੀ ਹੁੰਦੀ ਸੀ ਦੂਜੀ ਵਾਰੀ ਵਾਪਸ ਆਉਂਦੀ ਹੁੰਦੀ ਸੀ ਇਹ ਤਕਰੀਬਨ 1.5 ਘੰਟੇ ਦਾ ਸਫ਼ਰ ਸੀ ਜਿਹੜਾ ਇਹ ਤੈਅ ਕਰਦੀ ਹੁੰਦੀ ਸੀ ਟ੍ਰੇਨ ਨਾ ਤਕਰੀਬਨ ਕੋਈ 40 ਕੁ ਮੀਲ ਦਾ ਸਫ਼ਰ ਅਤੇ ਇਹ ਜਨਾਬ ਹੁਣ ਵੇਖੋ ਨਾ ਹਰ ਚੀਜ਼ ਜਨਾਬ ਇਹ ਦੇਖੋ ਇੱਥੇ ਫਿਰ ਵੀ ਕੋਈ ਪਟਰੀ ਥੋੜ੍ਹੀ ਬਹੁਤੀ ਉਹਦੇ ਆਸਾਰ ਹੈ ਨੇ ਲੇਕਿਨ ਕੋਈ ਗੀਟਾ ਨਹੀਂ ਕੋਈ ਕੁਛ ਨਹੀਂ ਇਹ ਦੇਖੋ ਇਹ ਜਨਾਬ ਬਿਲਕੁਲ ਸਿਆਲਕੋਟ ਜੰਮੂ ਵਾਲੀ ਪਟਰੀ ਅਤੇ ਇਹ ਆ ਗਿਆ ਸਿਗਨਲ ਸਟੇਸ਼ਨ ਤੋਂ ਬਾਹਰ ਜਿਹੜਾ ਸਿਗਨਲ ਹੁੰਦਾ ਨਾ ਉਹ ਇਹ ਲਓ ਜੀ ਇਹ ਤਾਂ ਉੱਤੇ ਸਿਗਨਲ ਦਾ ਨਾਮ ਨਿਸ਼ਾਨ ਨਹੀਂ ਹੈਗਾ ਲੇਕਿਨ ਉਹ ਖੰਭਾ ਮੌਜੂਦ ਹੈ ਇਹ ਦੇਖੋ
ਇਹ ਜਿਹੜਾ ਸਿਗਨਲ ਇੱਥੇ ਹੁੰਦਾ ਸੀ ਇਸ ਤਰ੍ਹਾਂ ਸਿਗਨਲ ਨਾ, ਅਤੇ ਇਹ ਡਾਊਨ ਹੋ ਜਾਂਦਾ ਸੀ, ਅਪ ਹੋ ਜਾਂਦਾ ਸੀ। ਕੋਸ਼ਿਸ਼ ਕਰਨਾ ਤੁਹਾਨੂੰ ਡਿਟੇਲ ਨਾਲ ਸਮਝਾਵਾਂ। ਅਤੇ ਇਹ ਹੁਣ ਜਿਹੜਾ ਨਾ ਸਿਗਨਲ ਤਾਂ ਇੱਥੇ ਕੋਈ ਨਹੀਂ ਜੇ, ਅਤੇ ਨਾ ਹੀ ਉਹਦਾ ਕੋਈ ਨਾਮੋ ਨਿਸ਼ਾਨ ਇੱਥੇ ਕੁਝ ਉਸ ਤਰ੍ਹਾਂ ਦਾ ਜਿਹੜਾ ਕਿ ਪਤਾ ਚੱਲੇ ਕਿ ਸਿਗਨਲ ਇੱਥੇ ਹੁੰਦਾ ਸੀ, ਕਿਉਂਕਿ ਇਹ ਦੇਖੋ ਨਾ ਇਹ ਜਿਹੜੀਆਂ ਤਾਰਾਂ 'ਤੇ ਇੱਥੇ ਲੱਗੀ ਹੁੰਦੀ ਸੀ ਫਿਰਕੀ ਉੱਤੇ ਜਾਣ ਵਾਸਤੇ, ਠੀਕ ਹੈ, ਉਹ ਸਾਰਾ ਕੋਈ ਟੁੱਟ ਗਿਆ। ਪਿਓ ਸੀੜੀ ਹੈਗੀ ਹੈ। ਅੱਛਾ, ਇਹ ਸੀੜੀ ਇਸਤੇਮਾਲ ਕੀਤੀ ਜਾਂਦੀ ਹੁੰਦੀ ਸੀ ਕਿਉਂਕਿ ਉੱਤੇ ਜਦੋਂ ਸਿਗਨਲ ਲੱਗਾ ਹੁੰਦਾ ਸੀ ਨਾ, ਤੁਹਾਨੂੰ ਇੱਕ ਸਾਈਡ 'ਤੇ ਗ੍ਰੀਨ ਅਤੇ ਇੱਕ ਸਾਈਡ 'ਤੇ ਲਾਲ, ਹਰੀ ਅਤੇ ਲਾਲ ਜਿਹੜੀ ਨਾ ਉਹ ਬੱਤੀ ਲੱਗੀ ਹੁੰਦੀ ਸੀ, ਔਰ ਉਹ ਸ਼ੀਸ਼ਾ ਲੱਗਾ ਹੁੰਦਾ ਸੀ, ਉਹਦੇ ਅੰਦਰ ਦੀਵਾ ਰੱਖਣਾ ਪੈਂਦਾ ਹੁੰਦਾ ਸੀ, ਠੀਕ ਹੈ ਨਾ, ਤਾਂ ਕਿ ਉਹ ਰਾਤ ਨੂੰ ਨਜ਼ਰ ਆਏ। ਲਿਹਾਜ਼ਾ ਇੱਥੋਂ ਦੀ ਫਿਰ ਜਿਹੜਾ ਨਾ ਉਹ ਜਿਹੜਾ ਇੱਥੋਂ ਦਾ ਹੈਗਾ ਸੀ ਹੁੰਦਾ, ਇਹਦਾ ਉਹਨੂੰ ਕੀ ਕਿਹਾ ਜਾਂਦਾ ਜਿਹੜਾ ਮੁਲਾਜ਼ਮ ਹੁੰਦਾ, ਉਹ ਫਿਰ ਜਿਹੜਾ ਨਾ ਇਹਦੇ 'ਤੇ ਚੜ੍ਹ ਕੇ ਅਤੇ ਇੱਥੇ ਦੀਵਾ ਰੱਖਦਾ ਹੁੰਦਾ ਸੀ ਰਾਤ ਨੂੰ, ਅਤੇ ਸਵੇਰੇ ਫਿਰ ਉਹ ਲਾ ਲਈਦਾ ਹੁੰਦਾ ਸੀ, ਤਾਂ ਕਿ ਰਾਤ ਨੂੰ ਤਾਂ ਨਾ ਪਤਾ ਚੱਲਦਾ ਕਿ ਇਹ ਕਿਹੜਾ ਕੋਈ ਇਲੈਕਟ੍ਰੋਨਿਕ ਸਿਸਟਮ ਸੀ ਉਦੋਂ ਸਿਗਨਲ ਦਾ। ਅਤੇ ਇਹ ਜਨਾਬ ਆ ਗਿਆ ਇੱਕ ਪੋਲ, ਛੋਟਾ ਜਿਹਾ ਬ੍ਰਿਜ ਨਜ਼ਰ ਆਇਆ ਦੋਸਤੋ। ਜਿਹਨੇ ਹਾਲੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਅਤੇ ਵੀਡੀਓ ਨਾਲ ਜੁੜੇ ਰਹੋ। ਇਹ ਜਨਾਬ ਆ ਗਿਆ ਅੱਗੇ ਬ੍ਰਿਜ ਛੋਟਾ ਜਿਹਾ, ਠੀਕ ਹੈ ਨਾ। ਇਹ ਦੇਖੋ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੱਭ ਲੱਭ ਕੇ ਤੁਹਾਨੂੰ ਉਹ ਖਜ਼ਾਨੇ ਬਹਾਲਾਂ, ਅਤੇ ਕੁਛ ਲੋਕ ਵੇਖ ਕੇ ਦੁਖੀ ਹੋ ਜਾਂਦੇ ਨੇ, ਮੈਂ ਵੀ ਦੁਖੀ ਹੋ ਜਾਂਦਾ, ਲੇਕਿਨ ਕੀ ਕਰੀਏ, ਇਸ ਤੋਂ ਪਹਿਲਾਂ ਕਿ ਇਹ ਚੀਜ਼ਾਂ ਬਿਲਕੁਲ ਖਤਮ ਹੋ ਜਾਣ, ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਜਲਦੀ ਜਲਦੀ ਉਹਨਾਂ ਨੂੰ ਕੈਮਰੇ ਦੀ ਅੱਖ 'ਤੇ ਮਹਿਸੂਸ ਕਰ ਲਾਂ ਤੁਹਾਡੇ ਵਾਸਤੇ। ਇਹ ਦੇਖੋ ਹੁਣ ਇਹ ਬ੍ਰਿਜ, ਠੀਕ ਹੈ ਜੀ, ਇਹ ਬ੍ਰਿਜ ਆ ਗਿਆ, ਮੈਂ ਦੇਖੀ ਨਾ ਬਾਗ ਦੇ, ਇਹ ਦੇਖੋ, ਠੀਕ ਹੈ ਜੀ, ਇਹ ਇਹਦਾ ਬ੍ਰਿਜ, ਇਹ ਫਟੇ ਹੋਏ ਪੁਰਾਣੇ, ਇਹ ਦੇਖੋ ਵਿੱਚੋਂ ਜਿਹੜੇ ਸਭ ਤੋਂ ਪੁਰਾਣੇ ਫਟੇ ਨੂੰ ਬਿਲਕੁਲ ਉਂਝ ਮੁੱਕ ਗਏ ਨੇ, ਠੀਕ ਹੈ ਨਾ, ਦੇਖੋ ਸਾਰੇ ਵਿੱਚ ਮੁੱਕ ਮੱਗ ਗਏ ਨੇ। ਇਹ ਅੱਗੇ ਜਿਹੜਾ ਨਾ ਉਹ ਬਿਲਕੁਲ ਅੱਗੇ ਆ ਗਿਆ ਝਾੜੀਆਂ ਘਾਹ ਬੂਟ, ਇੱਥੋਂ ਦੀ ਕਿੱਧਰੋਂ ਦੀ ਲੰਘੀ ਹੈ, ਇਹ ਜਨਾਬ ਆ ਗਈ ਮਜ਼ੀਦ ਲਾਈਨ, ਠੀਕ ਹੈ, ਇਹ ਜਨਾਬ ਆ ਗਿਆ ਬ੍ਰਿਜ ਜੰਮੂ ਲਾਈਨ ਸਿਆਲਕੋਟ ਤੋਂ ਜੰਮੂ, ਉਹਦੇ ਤੁਹਾਨੂੰ ਮਨਜ਼ਰ ਵਿਖਾਏ ਜਾ ਰਹੇ ਨੇ। ਇਹਦਾ ਆ ਗਿਆ ਬ੍ਰਿਜ, ਠੀਕ ਹੈ ਜੀ, ਮੈਂ ਜਨਾਬ ਇਹ ਦੇਖੋ ਜਨਾਬ, ਠੀਕ ਹੈ ਨਾ, ਇਹ ਇੱਥੋਂ ਬਹਾਲ ਨੇ ਬ੍ਰਿਜ 'ਤੇ ਵੀ ਕੁਝ ਅਗਰ ਲਿਖਿਆ ਉਹ ਵੀ ਤੁਹਾਨੂੰ ਬਹਾਲਨੇ ਆ। ਅੱਛਾ ਜੀ, ਇਹ ਲਿਖਿਆ ਜੀ ਕਾਰਗੋ ਫਲੀਟ, ਇਹ ਪੁੱਠਾ ਹੀ ਰੱਖਿਆ ਤਾ ਬ੍ਰਿਜ, ਤੁਸੀਂ ਹਿਸਾਬ ਲਓ ਇਹ ਇੰਗਲਿਸ਼ ਪੁੱਠੀ ਹੈ, ਕਾਰਗੋ ਫਲੀਟ ਇੰਗਲੈਂਡ, ਵਾਹ ਜੀ ਵਾਹ, ਕਾਰਗੋ ਫਲੀਟ ਵਾਲਿਆਂ ਦਾ ਜਿਹੜਾ ਨਾ ਇਹ ਬ੍ਰਿਜ ਜਿਹੜਾ ਕਿ ਸਿਆਲਕੋਟ ਜੰਮੂ ਲਾਈਨ 'ਤੇ ਪਿਆ, ਇਹ ਦੇਖੋ, ਓਏ ਹੋ ਹੋ, ਬੜਾ ਰਿਸਕੀ ਕੰਮ ਹੈ, ਗੰਦ ਹਰ ਪਾਸੇ, ਇਹ ਦੇਖੋ ਤੁਸੀਂ, ਇਹ ਜਨਾਬ ਆ ਗਏ, ਵੇਖੋ ਜੀ ਇਹ ਟ੍ਰੇਨ ਚੱਲਦੀ ਰਹਿੰਦੀ ਹੁੰਦੀ ਅਤੇ ਹੁਣ ਤੋਂ ਇੱਥੇ ਜਨਾਬ ਜੰਮੂ ਤੋਂ ਦੁਨੀਆ ਇੱਥੇ ਆਉਣੀ ਕਰਨੀ ਸੀ, ਪਾਕਿਸਤਾਨ ਤੋਂ ਜੰਮੂ ਜਾਣੀ ਕਰਨੀ ਸੀ, ਟ੍ਰੇਡ ਹੋਣੀ ਕਰਨੀ ਸੀ, ਤਜਾਰਤ ਹੋਣੀ ਕਰਨੀ ਸੀ, ਯਾਨੀ ਕਿ ਮਾਲ ਇੱਧਰੋਂ ਉੱਧਰ ਜਾਣਾ ਉੱਧਰੋਂ ਇੱਧਰ ਆਉਣਾ, ਕਿਆ ਬਾਤ ਹੈ, ਲੇਕਿਨ ਖੈਰ ਇਹ ਤਾਂ ਹੁਣ ਹਕੂਮਤਾਂ ਦੇ ਕੰਮ ਨੇ ਨਾ, ਕਿਸੇ ਆਮ ਜਿਹੜਾ ਨਾ ਨਾ ਉਹਦੇ ਵਾਸ ਨਹੀਂ ਹੈਗਾ। ਔਰ ਮੇਰਾ ਆਪਣਾ ਜ਼ਾਤੀ ਖਿਆਲ ਹੈ ਕਿ ਜਿਹੜੀ ਨਾ ਪਟਰੀ ਵੀ ਚੱਲਣੀ ਚਾਹੀਦੀ ਹੈ, ਜਿਸ ਤਰ੍ਹਾਂ ਲਾਹੌਰ ਤੋਂ ਦਿੱਲੀ ਬੱਸ ਚੱਲਦੀ ਹੈ, ਲਾਹੌਰ ਤੋਂ ਸਮਝੌਤਾ ਐਕਸਪ੍ਰੈਸ ਉਹ ਵੀ ਆਲਰੇਡੀ ਬੰਦ ਹੋ ਚੁੱਕੀ ਹੈ, ਮੁਅੱਤਲ ਹੋ ਚੁੱਕੀ ਹੈ, ਉਹ ਵੀ ਚੱਲਣੀ ਚਾਹੀਦੀ ਹੈ, ਅਤੇ ਇੱਕ ਦੂਜੇ ਨਾਲ ਤਜਾਰਤ ਵਧਾਉਣੀ ਚਾਹੀਦੀ ਹੈ, ਤਲਕਾਤ ਰੱਖਣੇ ਚਾਹੀਦੇ ਨੇ। ਇਹ ਦੇਖੋ ਨਾ ਅੱਗੇ ਬਿਲਕੁਲ ਸਮਝੋ ਟ੍ਰੇਨ ਜਾ ਰਹੀ ਹੈ, ਅਤੇ ਅੱਗੇ ਆ ਗਿਆ ਅਤੇ ਨਾ ਪਤਾ ਨਹੀਂ ਕੀ ਆ ਗਿਆ ਜੰਗਲ, ਠੀਕ ਹੈ ਜੀ, ਇਹ ਆ ਗਏ ਇੱਥੇ ਇੱਕ ਸਾਈਡ ਤਾਂ ਨਹੀਂ, ਇਹ ਜਨਾਬ ਦੇਖੋ ਤੁਸੀਂ, ਇਹ ਜਨਾਬ ਸਿੱਧੀ ਜੰਮੂ, ਇੱਥੋਂ ਪਰਾ ਜਿਹੜਾ ਨਾ ਬਾਰਡਰ ਏਰੀਆ ਸਟਾਰਟ ਹੋ ਜਾਂਦਾ। ਇਹ ਦੇਖੋ ਕੋਈ ਇੱਥੇ ਜਿਹੜਾ ਸਵਰ ਲੋਹਾ ਰਹਿ ਗਿਆ ਅਤੇ ਕੋਈ ਪੁਰਾਣੇ ਫੱਟੇ ਰਹਿ ਗਏ ਨੇ, ਕੋਈ ਪੱਥਰ ਵਗੈਰਾ ਜਿਹੜਾ ਗੀਟਾ ਹੁੰਦਾ, ਕੋਈ ਚੱਕਰ ਨਹੀਂ ਹੈਗਾ, ਸਾਰਾ ਕੁਝ ਜਿਹੜਾ ਨਾ ਖਤਮ ਹੋ ਚੁੱਕਿਆ, ਜੱਗ ਜਿਉਂਦਿਆਂ ਦੇ ਮੇਲੇ ਹੈ ਜੀ। ਕਮੈਂਟ ਕਰਕੇ ਦੱਸਣਾ ਵੀਡੀਓ ਕੈਸੀ ਲੱਗੀ ਹੈ, ਠੀਕ ਹੈ ਨਾ।
ਤੇ ਇਹਦੇ ਨਾਲ ਹੀ ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਆਪਣਾ ਢੇਰ ਸਾਰਾ ਖਿਆਲ ਰੱਖਣਾ। ਨਵੀਂ ਵੀਡੀਓ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।